ਹਾਂਜੀ ਵੀਰੋ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਾਲ ਦੀ ਨਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੇਜ ਉੱਤੇ। ਅੱਜ ਆਪਾਂ ਮੁੱਲਾਪੁਰ ਖੜਿਆਂਗੇ, ਬਾਖਾ ਬੱਕਰੀਆਂ ਦੀ ਮੰਡੀ ਸ਼ਨੀਵਾਰ ਨੂੰ ਲੱਗਦੀ ਹੈ। ਦਿਖਾ ਦਿੰਦੇ ਵੀ ਕੀ ਹੈਗਾ ਹੈ ਨਾ ਮੰਡੀਆਂ ਦੇ ਵਿੱਚ। ਮੌਨਸੂਨ ਦਾ ਸਮਾਂ ਗਾ, ਫਿਰ ਵੀ ਬੱਕਰੀਆਂ ਕਾਫੀ ਆਈਆਂ ਹੋਈਆਂ ਨੇਗੀਆਂ, ਬਹੁਤ ਸੋਹਣੀਆਂ ਬੱਕਰੀਆਂ ਬਾਈ ਲੈ ਕੇ ਆਉਂਦੇ ਰਹਿੰਦੇ ਨੇ ਆਪਣੇ ਕੋਲ। ਆ ਜੋ ਅੱਜ ਕੀਮਤ ਦਿਖਾ ਦੇਣਗੇ ਤੁਹਾਨੂੰ, ਕਾਲਾ ਬਾਈ ਪਹੁੰਚਿਆ ਹੋਇਆ ਗਾ ਮਹਿਰਾਜ ਬਠਿੰਡਾ ਜ਼ਿਲ੍ਹੇ ਤੋਂ, ਅਤੇ ਵਧੀਆ ਵਧੀਆ ਬੱਕਰੀਆਂ ਦਿਖਾਉਣਗੇ ਤੁਹਾਨੂੰ ਅੱਜ, ਕਾਲੀਆਂ ਕਾਲੀਆਂ ਡੰਜ ਬੱਕਰੀਆਂ। ਕੀ ਹਾਲ ਹੈ ਬਾਈ ਕਾਲੇ? ਠੀਕ ਹੈ ਬਾਈ, ਹੋਰ ਠੀਕ ਹੈ? ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ ਜੀ। ਐਂ ਕਰ, ਹੁਣ ਐਂ ਦੱਸ ਬੱਕਰੀਆਂ ਦੀ ਕਿਹੜੀ ਕਿਹੜੀ ਕੀਮਤ ਦੀਆਂ ਨੇਗੀਆਂ? ਕੀਮਤ ਬੱਕਰੀਆਂ ਸਾਰੀ ਕੀਮਤ ਦੀਆਂ ਆਪਣੇ ਕੋਲ, ਸਾਰੀ ਲੱਖ ਤੋਂ ਲੈ ਕੇ 15-16 ਹਜ਼ਾਰ ਤੱਕ ਆ। ਥੋੜ੍ਹਾ ਜਿਹਾ ਘੱਟ ਕਰ ਲਏ ਲੱਖ ਤੋਂ ਜੀ। ਇਹ ਬੱਕਰੀਆਂ ਘਰੋਂ ਪਾਈਆਂ ਬਾਈ ਆ ਆਪਣੀਆਂ। ਅੱਛਾ, ਹਾਂ ਇੱਕ ਆਹ ਬੱਕਰੀ, ਇੱਕ ਉਹ ਲੋਹੀ ਬੱਕਰੀ ਆ। ਉਹ ਹਾਂ, ਇਹ ਕੀ ਕੀਮਤ ਕਰਦੇ ਹੋ ਅੱਜ ਫਿਰ ਜਾਨਵਰਾਂ ਦੀ, ਕਿੰਨੇ ਤੋਂ ਸ਼ੁਰੂ ਹੈ? ਇਹਦਾ ਵੀਰੇ 45,000 ਰੁਪਇਆ। ਆਹ ਲੋਹੀ ਪੱਠਦਾ ਹੈਗਾ 75,000। ਇਹਦਾ 45? ਹਾਂਜੀ, ਉਹਦਾ ਇਹ ਯਾਰ ਇਹਦੇ ਨਾਲ ਉੱਚੀ ਆ ਨਾਲੇ। ਹੈਂ? ਬੱਕਰੀ ਥੋੜੀ ਦੇਣੀ ਹੋਏਗੀ। ਅੱਜ ਕੁਛ ਨਹੀਂ ਵੇਚਿਆ ਵੀਰੇ, ਐਵੇਂ ਮੁੱਲ ਲੱਗਿਆ ਤਾਂ ਹੋਊਗਾ? ਹਾਂ ਮੁੱਲ ਲੱਗ ਗਿਆ। ਕਿੰਨਾ ਕੁ ਲੱਗ ਗਿਆ ਜਿਵੇਂ ਆ 45 ਵਾਲੀ ਕਹਿੰਦੇ ਹੋ? ਇਹਦਾ ਵੀਰੇ ਬਸ ਲੱਗੀ ਹੁਣ ਦੱਸ ਗਏ, ਦੱਸਣਾ ਹੀ ਪਊਗਾ। ਹੈ ਇਹਦਾ 32,000 ਰੁਪਇਆ ਲੱਗਿਆ। 32-33 ਹਜ਼ਾਰ? ਹਾਂ, ਇਹ ਬੱਕਰੀ ਦਾ ਲੱਗਿਆ ਸੀ 52,000 ਰੁਪਇਆ। ਇਹਦਾ? ਹਾਂਜੀ। ਸੂਏ ਕਿਆ ਲੈ ਲਏ ਤੂੰ? ਇਹਦਾ 2 ਸੂਏ ਲਏ, ਤੀਜਾ ਸੂਆ ਉਹ ਤੋਂ ਇੱਕ ਲਿਆ। ਨਹੀਂ ਇਹ ਕਹਿੰਦੇ ਤੁਸੀਂ ਘਰ ਦੀਆਂ ਬੱਕਰੀਆਂ ਨੇ? ਹਾਂਜੀ। ਠੀਕ ਹੈ, ਲੈ ਹੋਰ ਘੱਟ ਮੁੱਲ ਵਾਲੀਆਂ ਫਿਰ ਕਿਹੜੀਆਂ ਨੇਗੀਆਂ? ਘੱਟ ਮੁੱਲ ਵਾਲੀਆਂ ਇੱਕ ਆ ਖੜੀ ਹੈ ਵੀਰੇ। ਇਹਨੂੰ ਪ੍ਰੋਬਲਮ ਆ ਕੋਈ? ਨਹੀਂ ਪ੍ਰੋਬਲਮ ਕੋਈ ਨਹੀਂ। ਅੱਛਾ, ਇਹ 22 ਤੋਂ ਮਾਸ਼ੋ ਤੋਂ ਲਈ ਸੀ, ਬਲਦਵਾਲ ਵਾਲੇ ਤੋਂ। ਇਹਨਾਂ ਦੰਦ ਜਿਹੜੇ ਪਾਸਿਆਂ ਵਾਲੇ ਤੋੜ ਲੈ ਨੇ, ਸੱਕ ਲਾ। ਦੰਦ ਹੈ ਹੀ ਨਹੀਂ ਜਰੇ ਦੇ? ਨਾ ਹੈਗੇ ਦੰਦ, ਪਾਸਿਆਂ ਵਾਲੇ ਤੋੜੀ ਬੜੇ ਸੱਕ ਲਾ ਲਾ ਕੇ। ਤਿੰਨ ਹੀ ਦੰਦ ਰਹਿ ਗਏ ਪਤੰਦਰ ਨਹੀਂ ਦੇ। ਇਹਦਾ ਕੀ ਮੁੱਲ? ਇਹਦਾ 20,000 ਰੁਪਇਆ। ਠੀਕ ਹੈ, ਦੇ ਦੂ ਬੱਚੇ ਇਹ? ਹਾਂ ਵੀਰੇ, ਆਪਣੇ ਨਾਲ ਕ੍ਰੋਸ ਆ ਬੱਕਰੀ ਦੀ, ਇਹਦੀ ਵੀ ਜ਼ਿੰਮੇਵਾਰੀ ਕੱਢਣ ਦੀ। ਉਹ ਦਿਖਾਈ ਚਿੱਟੜ ਆ ਕਿਵੇਂ ਆ ਗਈ, ਲਾਲ ਅੱਖਾਂ ਵਾਲੀ, ਉਹ ਖੱਟੀ ਅੱਖ ਦੀ ਆ, ਬੰਨੀ ਵਾ ਬੀ ਅੱਖ ਦੀ। ਇਹ ਕੱਦ ਕਾਠ ਵਾਲੀ ਆ, ਕੱਦ ਕਾਠ ਵਾਲੀ ਬਾਈ। ਇਹਦੇ ਹੱਡ ਜੇ ਕਿਵੇਂ ਨੇਗੇ? ਲਈਆਂ ਆਪਾਂ ਬੱਕਰੀਆਂ ਹੈ ਬਾਈ। ਅੱਛਾ, ਕੀ ਗੱਲ, ਇਹ ਲਿੱਸੀਆਂ ਨੇ ਨਾ? ਅੱਛਾ, ਕਿੰਨਾ ਕੁ ਦੁੱਧ ਕੱਢਦੀ ਆ ਬੱਕਰੀ ਅੱਜ ਕੱਲ੍ਹ? ਦੁੱਧ ਵੀਰੇ ਆਪਾਂ ਦੋ ਡੰਗ ਚੋਈ ਆ, 1.25-2 ਕਿਲੋ ਦੁੱਧ ਆ ਸਾਰਾ। ਹਾਂ, ਲੀਟਰ ਉਸ ਸਮੇਂ? ਹਾਂ, ਲੀਟਰ ਤੋਂ ਵੱਧ ਉਸ ਸਮੇਂ। ਠੀਕ ਹੈ, ਨਹੀਂ ਹੁਣ ਮੱਛਰ 'ਚ ਔਖਾ ਨਹੀਂ ਹੈਗਾ? ਘਰੋਂ ਨਹੀਂ ਲੱਗਿਆ ਲੈ ਮੱਛਰ? ਮੱਛਰ ਆਪਣੇ ਖੜਦੇ ਨਹੀਂ ਨੇੜੇ, ਆਪਣੀ ਬਾੜੀ 'ਚ ਮੱਛਰ ਨਹੀਂ ਖੜਦਾ। ਉਹ ਕਿਉਂ? 4 ਪੱਖੇ ਆ ਵੀਰੇ, 5ਵਾਂ ਕੂਲਰ ਚੱਲੀ ਜਾਂਦਾ। 4 ਪੱਖੇ, 5ਵਾਂ ਕੂਲਰ, ਕਿੰਨੇ ਜਾਨਵਰਾਂ ਨੂੰ? 20 ਜਾਨਵਰ ਆ ਵੀਰੇ ਆਪਣੇ ਕੋਲ ਬਾਈ। 20 ਜਾਨਵਰਾਂ 'ਤੇ ਇੰਨਾ ਖਰਚਾ? ਉਦੋਂ ਬਾਅਦ ਤਾਂ ਮੈਨੂੰ ਲੱਗਦਾ ਕਾਲੇ ਬਿੱਲ ਆ ਜਾਂਦਾ ਹੋਣਾ ਯਾਰ। ਬਾਈ ਯਾਰ ਕੀ ਕਰੀਏ ਫਿਰ, ਇਹਨਾਂ ਨਾਲ ਹੀ ਆ ਸਾਰਾ ਕੁਛ। ਜੇ ਇਹਨਾਂ ਨੂੰ ਸਾਂਭਾਂਗੇ ਤਾਂ ਹੀ ਮਿਲੂ ਨਾ ਕੁਛ, ਕੋਈ ਚੱਕਰ ਨਹੀਂ। ਅੱਛਾ, ਬਿੱਲ ਦਾ ਤਾਂ ਕੋਈ ਚੱਕਰ ਨਹੀਂ, ਆਪਾਂ ਨੂੰ ਗੱਲ ਕਰ, ਇਹ ਵਿਚਾਰੀਆਂ ਇਹਨਾਂ ਔਖੀਆਂ ਹੋਣ। ਹਾਂ, 2 ਮਹੀਨੇ ਘੱਟੋ ਘੱਟ ਮੱਛਰ ਰਹਿੰਦਾ ਨਾ, ਇਹਨਾਂ ਔਖੀਆਂ ਹੁਣ ਜਾਲੀ ਲਾ ਦੇਵਾਂਗੇ ਵੈਸੇ। ਸਹੀ ਗੱਲ ਹੈ, ਲੈ ਵੀ ਬਾਈ ਨੇ ਆਹ ਬੱਕਰੀ ਦਿਖਾਤੇ ਆ। 2 ਪੱਠਾਂ ਹੋਰ ਆ, 2 ਹੋਰ ਨੇਗੀਆਂ। ਉਹ ਕਿਹੜੀਆਂ ਨੇ? ਆ ਇੱਧਰ ਹੀ ਆ ਜਾ। ਇਹ ਵੀ ਕਾਲੀਆਂ ਆ, ਕਾਲੀਆਂ ਸ਼ਾਹ ਡੰਜ ਬੱਕਰੀਆਂ। ਹਾਂ ਵੀਰੇ, 2 ਖਾਣ ਲਈ ਵੀ ਨਹੀਂ ਆਈ, ਬਹੁਤ ਸਾਫ਼ ਛੱਡੀ।
ਕੀ ਮੁੱਲਵਾੜੀ ਕਰੀ ਆ ਇਹਨਾਂ ਦੀ? ਫਿਰ ਇਹਨਾਂ ਦਾ ਜੋੜੀ ਦਾ 52,000 ਰੁਪਇਆ ਕਰਿਆ। ਜੋੜੀ ਦਾ 52 ਸੂਣਨਾ ਲੱਗੀਆਂ ਦੀ ਵੀਰੇ, ਇਹ ਲਈਆਂ ਆਪਾਂ ਤੋਂ ਗਾਲੀ ਮਿੰਟੀ ਤੋਂ ਲਈਆਂ ਸੀ। ਲੱਗੀਆਂ ਦੀ ਜ਼ਿੰਮੇਦਾਰੀ ਲਈ ਹੈ ਬੰਦੇ ਨੇ, ਗੱਬਣ ਦੀ ਨਹੀਂ। ਗੱਬਣ ਦੀ ਕੋਈ ਨਹੀਂ, ਲੱਗੀਆਂ ਦੀ ਗਰੰਟੀ ਹੈ ਵੀ ਹਾਂ ਲੱਗੀਆਂ। ਠੀਕ ਆ, ਫਿਰ ਤਾਂ ਰਹੇ ਚਾਹੇ ਨਾ ਰਹੇ, ਹਾਂ ਉਹ ਆਪਣੀ ਆਪਾਂ। ਠੀਕ ਆ, ਜੋੜੀ ਸੋਹਣੀ ਆ, ਦੰਦਾਂ ਦੀ ਕਿਵੇਂ? ਦੰਦਾਂ ਪੂਰੀਆਂ ਸਾਰੀਆਂ, ਨਵੇਂ ਦੰਦ, ਨਵੇਂ ਦੰਦ ਹੈ। ਠੀਕ ਆ, ਚੰਗਾ ਬਾਈ ਕਾਲੇ ਹੈ। ਠੀਕ ਆ ਬਾਈ, ਹੋਰ ਪਾਸੇ ਚੱਲਦੇ ਹੁਣ। ਲੈ ਵੀ ਮੈਂ ਆਉਣੀ ਆ, ਦਿਖਾ ਦੇਣਗੇ ਛੋਟੇ ਬੱਚੇ ਵੀ ਕੀ ਭਾਅ ਕਰਦੇ ਹੈਗੇ ਬਾਈ। ਕਿਉਂ, ਕੀ ਹਾਲ ਆ ਬਾਈ? ਠੀਕ ਆ ਜੀ, ਵਧੀਆ ਜੀ। ਕੀ ਭਾਅ ਕਰਦਾ ਮੇਮਣੇ ਦਾ? ਮੇਮਣੇ ਦਾ ਮੰਗ ਰਿਹਾ ਸੀ 17,000 ਰੁਪਏ। ਓਹੋ ਹੋ 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 ਹੋ, ਕਰਨੀ ਪਹਿਲੀ ਵਾਲੀ ਆ, ਪਤੰਦਰਾ ਹੋਰ ਲਾ ਦਿੱਤਾ। ਕਿੰਨੇ ਟਾਈਮ ਦਾ ਹੋਊਗਾ ਮੇਮਣਾ? ਮੇਮਣਾ ਹੈਗਾ 4 ਮਹੀਨਿਆਂ ਦਾ ਜੀ। ਠੀਕ ਆ, ਮੜਾ ਬਹਿ ਕੇ ਦਿਖਾਈ। ਲਓ ਜੀ, ਛੱਡੇ ਲੈ ਛੱਡੀਆਂ। ਆ ਦੇਖੋ ਮੇਮਣਾ ਬਾਈ, ਰੰਗ ਕਿਹੜਾ ਇਹਨਾਂ ਦਾ? ਚਿੱਟਾ ਹੀ ਦਿੰਦਾ ਪੂਰਾ, ਹੈ ਚਿੱਟਾ ਜਾਈ, ਇਹ ਨਿਖਰੂਗਾ ਚਿੱਟਾ ਜੀ। 17,000 ਕਿਉਂ ਮੰਗਿਆ ਪਹਿਲਾਂ ਇਹ ਦੱਸ ਮੈਨੂੰ ਬਾਈ ਇਹਦਾ। ਇਹਦਾ ਕੰਨ ਬੱਕਰੀ ਦਾ ਹੀ ਵਧੀਆ ਦਾ ਹੈ। ਹਾਂ, ਬਹੁਤ ਵਧੀਆ ਬੱਚਾ ਜੀ। ਕੰਨ ਕਿੰਨਾ ਕੁ ਹੋਊਗਾ ਇਹਦਾ? ਕੰਨ ਹੋਊਗਾ 15 ਇੰਚ ਹੈਗਾ। ਵਧੂਗਾ ਹਲੇ? ਹਾਂ ਜੀ ਵਧੂਗਾ, 15 ਇੰਚ ਦਾ ਹੋਣਾ ਹੈ। ਨਹੀਂ, ਕੰਨ ਵੱਧਦਾ ਹੁੰਦਾ? ਹਾਂ ਵਧੂਗਾ ਜੀ, ਜਿਉਂ ਜਿਉਂ ਵਧੂਗਾ ਹੋਊਗਾ ਜਦੋਂ ਵਧੂਗਾ। ਅੱਛਾ, ਹਾਂ ਵੀ ਕੰਨ ਵਧੂਗਾ ਇਹਦਾ। ਲੱਗਿਆ ਕੀ ਹੈ ਤੇ ਵੈਸੇ? ਇਹ ਤੇ ਲੱਗਿਆ ਜੀ 11,000 ਤੇ ਲੱਗਿਆ ਨਾ, 11,000 ਬੋਕ ਛੱਡਣ ਵਾਸਤੇ ਵਧੀਆ ਰਹੂਗਾ। ਬਹੁਤ ਵਧੀਆ, ਹਾਂ ਜੀ, ਹਾਂ ਜੀ, ਵਧੀਆ ਬਾਪ ਦਾ ਪੁੱਤ ਆ ਇਹ। ਠੀਕ ਹੈ, ਘਾਟ ਵੱਧ ਕੋਈ ਇਹ 'ਚ? ਇਹ ਚਾਹੋ ਨਹੀਂ ਜੀ। ਲੈ ਦੇਖੋ ਬੱਚਾ ਬਹੁਤ ਸੋਹਣਾ ਗਾ, ਮੂੰਹ ਮੱਥੇ ਦਾ। ਹੋਰ ਜਾਨਵਰ ਦਿਖਾਉਣੇ ਤੁਹਾਨੂੰ? ਆ ਦੇਖੋ ਮੇਮਣੀ ਆ, ਆ ਲਓ ਆ ਮੇਮਣੀ। ਇਹ ਕਿੰਨੇ ਮਹੀਨੇ ਦੀ ਆ? ਇਹ ਵੀ ਹੈਗੀ 5 ਮਹੀਨੇ ਦੀ। ਕਿੰਨੇ ਮਹੀਨੇ ਦੀ? 5 ਮਹੀਨੇ ਦੀ। ਕੀ ਮੱਲਵਾੜੀ ਆ? ਮੁੱਲੇ ਦਾ ਮੰਗਦੇ 11,000 ਰੁਪਇਆ ਇਹਦਾ। 11,000 ਬਾਕੀ ਮੌਕੇ ਤੇ ਹੋ ਜੂਗਾ। ਬਾਕੀ ਮੌਕੇ ਤੇ ਬਾਕੀ ਆ ਕਿਨ ਕੀ ਭਾਅ ਦੇਣਗੇ? 5 ਮਹੀਨਿਆਂ ਦਾ ਰੁਪਇਆ। 5 ਮਹੀਨਿਆਂ, 5 ਮਹੀਨਿਆਂ ਦਾ ਕੀ ਮੰਗਿਆ ਫਿਰ? ਇੱਧਰ ਵੀ ਨੇ ਆ ਡੱਬੇ ਨੇ ਬੱਚੇ ਤੇ ਆ ਬੱਕਰੀ। ਹਾਂ ਜੇ ਦੜਾ ਚ ਪਾਉਣੀਆਂ ਨਾ, ਅਗਲੇ ਨੂੰ 8,000 ਰੁਪਏ ਦੇ ਦੇਣਗੇ ਅਸੀਂ। ਉਦਾਂ 10,000-11,000 ਹੈ। ਹਾਂ, ਫਿਰ ਕੱਲੀ ਕੱਲੀ ਛਾਂਟ ਕੇ ਫੜੂਗਾ, ਕੱਲੀ ਛਾਂਟ ਕੇ ਫਿਰ ਆਡਾ ਡਪਾ ਕਰੂੰਗਾ ਸਾਰੀਆਂ ਦਾ। ਠੀਕ ਆ, ਆ ਦੇਖੋ ਮੇਮਣੀ ਆ ਵੀ ਸੋਹਣੀ ਬਾਈ, ਕੰਨ ਕੁੰਨ ਬਹੁਤ ਲੰਮੇ ਆਗੇ, ਸਿੰਘ ਮੂੰਹ ਮੱਥੇ ਵਧੀਆ। ਆ ਬੱਕਰੀ ਦਾ ਕੀ ਭਾਅ ਕਰਿਆ ਬਾਈ? ਬੱਕਰੀ ਦਾ ਮੰਗਦਾ 35,000 ਰੁਪਏ। ਨਾਲ ਕੀ ਦੋਗੇ? ਨਾਲ ਝੋਲਾ ਗਾਨੀ ਪ੍ਰੇਮੀ ਜਾਊਗਾ ਜੀ। ਝੋਲਾ ਗਾਨੀ ਪਰਾਂ ਬੱਕਰੀ ਬਾਹਲੀ ਚੰਗੀ ਆ ਜੀ। ਕਿੰਨੀ ਕੁ ਚੰਗੀ ਆ? ਬਹੁਤ ਚੰਗੀ ਆ। ਚੰਗੀ ਕਿਹੜੇ ਹਿਸਾਬ ਨਾਲ? ਮਤਲਬ ਜੀ ਦੁੱਧ ਨੂੰ ਬਹੁਤ ਚੰਗੀ ਆ ਜੀ ਬੱਕਰੀ, ਦੁੱਧ ਨੂੰ ਚੰਗੀ ਕੁਆਲਿਟੀ। ਹਾਂ ਬੱਚੇ ਦੇ ਦੂੰ ਕਿਲੋ ਦੁੱਧ? ਕਿਲੋ ਕੁ ਟਾਈਮ ਦਾ ਜੀ? ਇੱਕ ਟਾਈਮ ਦਾ? ਹਾਂ ਜੀ, ਇੱਕ ਟਾਈਮ ਦਾ ਕਿਲੋ। ਜਿਹੜੇ ਪਲੇਟ ਆ ਹਲੇ ਇਹਨਾਂ ਨੇ ਗੱਬਣ ਤਾਂ ਹੈ ਨਹੀਂ ਹੈ, ਗੱਬਣ ਕ੍ਰਾਸ ਕਰਾਈ ਹੋਈ ਹੈ। ਕਰਾਈ ਹੋਈ? ਹਾਂ ਜੀ। ਗਰੰਟੀ ਤਾਂ ਨਹੀਂ ਬਾਈ? ਇਹ ਲੰਘ ਗਿਆ ਬਾਈ, ਇਹਦਾ ਹੈਗਾ 15-20 ਦਿਨ ਦੀ ਗੱਬਣ ਆ ਬੱਕਰੀ। ਯਾਨੀ ਕਿ ਲਗਭਗ ਰਹੀ ਜਾਊਗੀ? ਰਹਿ ਜਾਣੀ। ਹਾਂ, ਇਹ ਕਿਹੜਾ ਕੋਈ ਲਿਸ ਉਹ ਆ ਜੀ, ਤਕੜੀ ਬੱਕਰੀ ਵੀ ਰਹੀ ਜਾਣੀ। ਠੀਕ ਹੈ, ਲੱਗਿਆ ਵੀ ਕੀ ਹੈ? ਹਾਈ ਲੱਗਿਆ ਕੁਛ? ਲੱਗਾ 25-25 ਲੱਗੀ ਜਾਂਦਾ। 25? ਹਾਂ, 25,000, 25-25, 50 ਹੈ ਸਾਤੋਂ ਤਾਂ ਦਿਖਾ। ਇਹ ਠੀਕ ਹੈ, ਉਹ ਵਿੱਚ ਆ ਗਈਆਂ ਮੇਮਣੀਆਂ, ਉਹਨਾਂ ਦੇ ਨਾਲ ਕਿੰਨਾ ਭਾਅ ਸਹੀ? 8,000 ਵਿੱਚ ਉਹ ਆ ਜਾਣਗੇ। ਮੂੰਹ ਮੱਥਾ ਇਹਦਾ, ਕੰਨ ਬਹੁਤ ਹੈ ਯਾਰ। ਕੀ ਮੁੱਲ ਇਹਦਾ? ਮੁੱਲ ਤਾਂ 35 ਮੰਗਦੇ ਇਹਦਾ। ਇਹਦਾ ਵੀ ਨਾਲ ਕੀ? ਇਹਦੇ ਨਾਲ ਬੱਚਾ। ਠੀਕ ਹੈ, ਇੱਕ ਬੱਚਾ ਹੈਗਾ ਇਹਦੇ ਨਾਲ। 35,000 ਪਹਿਲਾ ਸੂਈ ਇਹ ਨਾ? ਪਹਿਲਾ ਸੂਈ ਇਹ? ਹਾਂ, ਪਹਿਲੇ ਸੂਏ। ਸਹੀ ਗੱਲ, ਬੱਚਾ ਇਹਦਾ 4 ਦੰਦ, ਇੱਕ ਬੱਚਾ। ਹਾਂ, ਇੱਕ ਬੱਚਾ। ਓਕੇ ਹੈਗਾ, ਠੀਕ ਆ, ਚੰਗਾ ਵੀਰਿਆ, ਧੰਨਵਾਦ ਵੀਰੇ। ਓਕੇ ਬਾਈ, ਠੀਕ ਹੈ।